ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਟੀਵੀ ਪ੍ਰਾਈਮ ਏਸ਼ੀਆ ਤੇ ਮੈਂ ਆ ਤੁਹਾਡਾ ਆਪਣਾ ਜਤਿੰਦਰ ਪੰਨੂ ਕੋਈ ਇਹੋ ਜੀ ਪ੍ਰੋਬਲਮ ਨਹੀਂ ਕਿ ਨਵਜੀਤ ਅੱਜ ਦਫ਼ਤਰ 'ਚ ਨਾ ਹੋਣ ਨਵਜੀਤ ਇੱਥੇ ਹੈ ਤੇ ਥੋੜੀ ਦੇਰ ਪਹਿਲਾਂ ਇਕੱਠਿਆਂ ਅਸੀਂ ਦੁਵਾਨੇ ਚਾਹ ਪੀਤੀ ਹੈ ਮੈਂ ਸਿਰਫ ਟਾਈਮ ਬਚਾਉਣ ਵਾਸਤੇ ਜ਼ਰੂਰੀ ਗੱਲਾਂ 'ਚ ਮੈਨੂੰ ਚਾਹੁੰਦਾ ਕਿ ਕੋਈ ਮੁਰਮੁੜ ਕੇ ਸਵਾਲਾਂ ਦੇ ਚੱਕਰ ਵਿੱਚ ਅਸੀਂ ਧਿਆਨ ਵੰਡਾਈਏ ਤੁਹਾਡੇ ਨਾਲ ਸਿੱਧੀਆਂ ਕੁਝ ਗੱਲਾਂ ਕਰਨ ਲੱਗਾ ਸਿੱਧੀਆਂ ਗੱਲਾਂ ਚ ਇਹੋ ਜੀ ਕੋਈ ਗੰਭੀਰਤਾ ਨਹੀਂ ਕਿ ਮੈਂ ਕੋਈ ਬਹੁਤ ਵੱਡਾ ਕ੍ਰਾਈਮ ਦਾ ਰਿਕਾਰਡ ਖੋਲਣ ਲੱਗਾ ਹਾਂ ਕੋਈ ਸੈਂਸੇਸ਼ਨਲ ਕੋਈ ਸੰਵੇਦਨਸ਼ੀਲ ਕੋਈ ਨਾਜ਼ੁਕ ਮੁੱਦਾ ਉਠਾਉਣ ਲੱਗਾ ਹਾਂ ਇਹੋ ਜੀ ਕੋਈ ਗੱਲ ਨਹੀਂ ਪਰ ਕੁਝ ਮੁੱਦੇ ਇਹੋ ਜਿਹੇ ਨੇ ਜਿਹੜੇ ਅਹਿਮ ਆ ਤੇ ਲੋਕਾਂ ਦਾ ਧਿਆਨ ਮੱਲੀ ਬੱਠੇ ਨੇ ਉਹਨਾਂ ਮੁੱਦਿਆਂ 'ਚੋਂ ਬਹੁਤਾ ਜ਼ੋਰ ਦਿੱਤੇ ਬਿਨਾਂ ਸ਼ੁਰੂ ਵਿੱਚ ਮੈਂ ਇੱਕ ਖਬਰ ਛੇਤੀ ਛੇਤੀ ਮੁਕਾ ਕੇ ਅੱਗੇ ਤੁਰਨਾ ਚਾਹੁੰਦਾ ਉਹ ਖਬਰ ਸਾਡੇ ਪੰਜਾਬ ਨਾਲ ਸੰਬੰਧਿਤ ਕੱਲ ਜਦੋਂ ਗੁਰੂ ਕੇ ਬਾਗ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਆਏ ਹੋਏ ਸਨ ਉਹਨਾਂ ਤੋਂ ਸਿਰਫ 15 ਕਿਲੋਮੀਟਰ ਦੇ ਘੇਰੇ ਦੇ ਅੰਦਰ ਉਹਨਾਂ ਦੀ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਕੱਲ ਤੱਕ ਉਹਨਾਂ ਦੇ ਨਾਲ ਪਰਛਾਵੇਂ ਵਾਂਗ ਹੁੰਦੇ ਸਨ ਉਹ ਇੱਕ ਘਰ ਦੇ ਵਿੱਚ ਮੀਟਿੰਗ ਕਰਦੇ ਪਏ ਸੰਕਰ ਸਾਫਕਾ ਮੰਤਰੀ ਦਾ ਸੀ ਵਿਧਾਨ ਸਭਾ ਦੇ ਸਾਫਕਾ ਸਪੀਕਰ ਦਾ ਸੀ ਤੇ ਉੱਥੇ ਗੱਲਬਾਤ ਦਾ ਮੁੱਦਾ ਇਹ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦਾ ਕੀ ਕੀਤਾ ਜਾਵੇ ਅਸੀਂ ਇਹ ਸੁਣਦੇ ਹੁੰਦੇ ਸਾਂ ਬਾਬਿਆਂ ਤੋਂ ਕਿ ਕਦੇ-ਕਦੇ ਵਕਤ ਆਉਂਦਾ ਜਦੋਂ ਬੰਦੇ ਦਾ ਪਰਸ਼ਾਵਾ ਵੀ ਸਾਥ ਛੱਡ ਜਾਂਦਾ ਹੈ ਜਿਹੜੇ ਬੰਦੇ ਹੁਣ ਤੱਕ ਸਖਬੀਰ ਸਿੰਘ ਬਾਦਲ ਦੇ ਨਾਲ ਉਹਦੇ ਪਿਤਾ ਜੀ ਦੇ ਨਾਲ ਪਰਛਾਵੇਂ ਵਾਂਗ ਹੁੰਦੇ ਸਨ ਉਹ ਬੰਦੇ ਇੱਕ ਇੱਕ ਕਰਕੇ ਘਿਰਨ ਲੱਗ ਪਏ ਨੇ ਤੇ ਜਿੱਥੇ ਉਹ ਫਿਰਦਾ ਉਹਦੇ ਆਸ-ਪਾਸੇ ਵੱਖਰੇ ਗਰੁੱਪ ਬਣਾ ਕੇ ਫਿਰਨ ਲੱਗ ਪਏ ਨੇ ਉਹਨਾਂ ਨੇ ਕੱਲ ਮੀਟਿੰਗ ਕਰਨੀ ਸੀ ਪਤਾ ਸੀ ਇਹ ਅੰਮ੍ਰਿਤਸਰ ਉਹ ਫਰੀਦਕੋਟ ਜਲੰਧਰ ਪਟਿਆਲੇ ਜਾਂ ਲੁਧਿਆਣੇ ਵੀ ਕਰ ਸਕਦੇ ਸੀ ਜਾਣਬੁੱਝ ਕੇ 15 ਕਿਲੋਮੀਟਰ ਦੇ ਘੇਰੇ 'ਚ ਇਸ ਕਰਕੇ ਕੀਤੀ ਗਈ ਕਿ ਸਨੇਹਾ ਪਹੁੰਚ ਜਾਵੇ ਕਿ ਅਸੀਂ ਚਾਹੁੰਦੇ ਕੀ ਹਾਂ ਸਖਬੀਰ ਸਿੰਘ ਬਾਦਲ ਦੇ ਸਲਾਹਕਾਰਾਂ ਨੇ ਇੱਕ ਪੱਤਰ ਹੀ SLAH ਦਿੱਤੀ ਕਿ ਕੀਤਾ ਉਹਨੇ ਫਟਾਫਟ ਇਹਨੂੰ ਕਾਊਂਟਰ ਕਰਨ ਵਾਸਤੇ ਇੱਕ ਪੰਜ ਮੈਂਬਰੀ ਕਮੇਟੀ ਬਣਾਤੀ ਡਿਸਪਲਿਨ ਕਮੇਟੀ ਇਹ ਡਿਸਪਲਿਨ ਕਮੇਟੀ ਕੀ ਕਰੇਗੀ ਮੈਨੂੰ ਪਤਾ ਨਹੀਂ ਹਾਲਾਤ ਇਦਾਂ ਦੇ ਬਣੇ ਆ ਕਿ ਜਿਹੜਾ ਬੰਦਾ ਥੋੜਾ ਜਿਆਦਾ ਥਥਲਾ ਕੇ ਬੋਲਦਾ ਹੋਵੇ ਬੋਲੀ ਜਾਵੇ ਬੋਲੀ ਜਾਵੇ ਬੋਲੀ ਜਾਵੇ ਇੱਕ ਗੱਲ ਬੋਲੀ ਜਾਂਦਾ ਜਦੋਂ ਬਦਲ ਨਹੀਂ ਪਵੇ ਤੇ ਉਹਦੇ ਉੱਤੇ ਫਿਰ ਬਦਲੀ ਨਹੀਂ ਜਾਂਦੀ ਡ라이ਵਰ ਗੱਡੀ ਪਹਾੜੀ ਤੋਂ ਥੋੜੀ ਜਿਹੀ ਬੈਕ ਕਰਦਾ ਪਿਆ ਸੀ ਕਿ ਦੂਸਰੀ ਸੜਕ ਤੇ ਪਾਲਮਾ ਇਹ ਸੜਕ ਆਪਣੇ ਵਾਸਤੇ ਫਿੱਟ ਨਹੀਂ ਉਹ ਥੋੜੀ ਰਿੱਢਦੀ ਗਈ ਤੇ ਪਿੱਛੇ ਖੜਾ ਮੁੰਡਾ ਥੋੜਾ ਜਿਹਾ ਉਹਦੀ ਜ਼ੁਬਾਨ 'ਚ ਨੁਕਸੇ ਜੋ ਕਹਿੰਦਾ ਆਉਣ ਦੇ ਆਉਣ ਦੇ ਆਉਣ ਦੇ ਜਦੋਂ ਉਹਨੇ ਅੱਖਾਂ 'ਚ ਰੋਕਦੇ ਉਹਨੇ ਚ ਰਰਰ ਕਰਦਾ ਰਿਹਾ ਤੇ ਗੱਡੀ ਅੱਗੇ ਚੱਲੇਗੀ ਕਹਿੰਦਾ ਚੱਲ ਪਾ ਜਾਣ ਦੇ ਹੁਣ ਨਹੀਂ ਰੁਕਣੀ ਅਕਾਲੀ ਦਲ ਦਾ ਕੀ ਬਣਨਾ ਤੇ ਉਹਨਾਂ ਨੇ ਕੀ ਕਰਨਾ ਮੈਂ ਉਹਦੇ ਉੱਤੇ ਜ਼ਿਆਦਾ ਟਾਈਮ ਨਹੀਂ ਲਾਉਣਾ ਚਾਹੁੰਦਾ ਸਖਬੀਰ ਸਿੰਘ ਬਾਦਲ ਦੇ ਪੁਰਾਣੇ ਸਾਥੀਆਂ ਨੇ ਪਰਖੇ ਸਾਥੀਆਂ ਨੇ ਉਹਦੇ ਤੋਂ ਸੀਨੀਅਰ ਸਾਥੀਆਂ ਨੇ ਉਹਦੇ ਤੋਂ ਜੂਨੀਅਰ ਸਾਥੀਆਂ ਨੇ ਉਹ ਵੀ ਨੇ ਜਿਹੜੇ ਪਿਛਲੇ 40 40 45 45 ਸਾਲਾਂ ਤੋਂ ਰਾਜਨੀਤੀ ਵਿੱਚ ਨੇ ਉਹਦੋਂ ਤੋਂ ਨੇ ਜਦੋਂ ਸਖਬੀਰ ਸੋਹੇ ਬੱਚਾ ਸੀ ਉਹ ਵੀ ਕੱਲ ਉਹਦੇ ਖਿਲਾਫ ਉਸ ਮੀਟਿੰਗ ਵਿੱਚ ਸ਼ਾਮਲ ਸਨ ਇਹ ਮੁੱਦਾ ਮੈਂ ਇੱਥੇ ਛੱਡ ਦੇਣਾ ਹੁਣ ਮੈਂ ਦੂਸਰੇ ਮੁੱਦੇ ਵੱਲੇ ਪਾਸੇ ਚਲਾ ਜਾਵਾਂ ਜਦੋਂ ਮੈਂ ਇਹ ਗੱਲ ਕਰਦਾ ਪਿਆ ਉਸ ਵਕਤ ਬਿਹਾਰ ਦੇ ਮੁੱਖ ਮੰਤਰੀ ਨतीश ਕੁਮਾਰ ਗਵਰਨਰ ਨੂੰ ਮਿਲਣ ਵਾਸਤੇ ਬਿਹਾਰ ਵਾਲੇ ਨੂੰ ਉਧਰ ਜਾਂਦਾ ਪਿਆ ਭਾਜਪਾ ਬੜਾ ਨੇ ਸਵਿਰ ਸਲਾਹ ਕੀਤੀ ਸੀ ਕਿ ਅਸਤੀਫਾ ਦੇ ਦੇਣਿਆ ਫਿਰ ਆਖਿਆ ਮੁੱਖ ਮੰਤਰੀ ਨतीश ਕੁਮਾਰ ਨੂੰ ਨਹੀਂ ਦੇਣੇ ਅਸੀਂ ਗਵਰਨਰ ਕੋਲ ਜਾਵਾਂਗੇ ਫਿਰ ਖਬਰ ਆਈ ਕਿ ਉਹ ਕਹਿੰਦੇ ਅਸੀਂ ਜਾਣਾ ਹੀ ਨਹੀਂ ਜੋ ਕਰਨਾ ਨतीश ਕੁਮਾਰ ਕਰ ਲਵੇ ਲੋੜ ਵੀ ਕੀ ਹੈ ਜਦੋਂ ਉਹਨੇ ਜਾ ਕੇ ਆਪਣੇ ਸਰਕਾਰ ਦਾ ਅਸਤੀਫਾ ਗਵਰਨਰ ਨੂੰ ਦੇ ਦੇਣਾ ਤੇ ਉਹਨੇ ਕਹਿਣਾ ਕਿ ਕੱਲ ਮੇਰੀ ਨਵੀਂ ਸਰਕਾਰ ਸੌ ਚੁੱਕੇਗੀ ਤੇ ਇਹਨਾਂ ਦੇ ਅਸਤੀਫਿਆਂ ਦੀ ਲੋੜ ਹੀ ਨਹੀਂ ਰਹਿ ਜਾਂਦੀ ਸਾਰੇ ਅਸਤੀਫੇ بے ਲੋੜੇ ਹੋ ਜਾਂਦੇ ਆ ਸਰਕਾਰ ਹੀ ਟੁੱਟ ਜਾਂਦੀ ਹੈ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਥਾਲੀ ਦੇ ਬਤਾਉ ਵਰਗਾ ਲੀਡਰ ਇੱਕ ਵਾਰੀ ਫਿਰ ਭਾਜਪਾ ਨੂੰ ਛੱਡ ਕੇ ਇੱਧਰ ਆ ਗਿਆ ਇਹ ਕਦੇ ਸਮਾਜਵਾਦੀ ਹੁੰਦਾ ਸੀ ਉਸ ਤੋਂ ਪਹਿਲਾਂ ਲੋਕ ਨਾਇਕ ਜੈ ਪ੍ਰਕਾਸ਼ ਨਰੈਣ ਦੀ ਪਾਰਟੀ ਵਿੱਚ ਆਇਆ ਸੀ ਸਮਾਜਵਾਦੀਆਂ ਚੋਂ ਜਨਤਾ ਪਾਰਟੀ ਚ ਜਨਤਾ ਪਾਰਟੀ ਚੋਂ ਜਨਤਾ ਦਲ ਚ ਜਨਤਾ ਦਲ ਚੋਂ ਸਮਤਾ ਪਾਰਟੀ ਚ ਸਮਤਾ ਪਾਰਟੀ ਚੋਂ ਜਨਤਾ ਦਲ ਯੂਜ ਇਹ ਕਦੇ ਬਾਜਪਾਈ ਸਾਹਿਬ ਦੇ ਨਾਲ ਸਰਕਾਰ ਦੇ ਵਿੱਚ ਸੀ ਕਦੇ ਸਰਕਾਰ ਛੱਡ ਕੇ ਬਾਹਰ ਨਿਕਲ ਜਾਂਦਾ ਸੀ ਫਿਰ ਵਾਪਸ ਆ ਗਿਆ ਸੀ ਨਰਿੰਦਰ ਮੋਦੀ ਦੀ ਚੌਧਰ ਦੇ ਦਿਨਾਂ ਵਿੱਚ ਨਾਰਾਜ਼ ਹੋ ਕੇ ਪਾਸੇ ਹਟ ਗਿਆ ਇਹਨੇ ਉਹਦੇ ਖਿਲਾਫ ਲਾਲੂ ਪ੍ਰਸਾਦ ਯਾਦਵ ਦੇ ਨਾਲ ਮਿਲ ਕੇ ਮੋਰਚਾ ਬਣਾ ਕੇ ਚੋਣ ਲੜੀ ਹਰ ਪਾਸੇ ਗੂੰਜਾਂ ਪੈਂਦੀਆਂ ਸਨ ਨਤੀਸ਼ੇ ਕੁਮਾਰ ਹੈ ਨਤੀਸ਼ੇ ਕੁਮਾਰ ਹੈ ਕਿਉਂਕਿ ਪੀਕੇ ਪ੍ਰਸ਼ਾਦ ਕਿਸ਼ੋਰੇ ਦੇ ਨਾਲ ਇਹ ਗਾਣਾ ਉਹਨੇ ਬਣਾਇਆ ਸੀ ਇਹ ਜਿੱਤ ਗਿਆ ਜਿੱਤਣ ਤੋਂ 6 ਮਹੀਨੇ ਬਾਅਦ ਠੱਬੀ ਲਾ ਕੇ ਲਾਲੂ ਪ੍ਰਸਾਦ ਤੇ ਉਹਦਾ ਮੁੰਡਾ ਵੇਖਦੇ ਰਹਿ ਗਏ ਇਹ ਨਰਿੰਦਰ ਮੋਦੀ ਕੋਲ ਪਹੁੰਚ ਗਿਆ ਸੀ ਹੁਣ ਨਰਿੰਦਰ ਮੋਦੀ ਨੂੰ ਛੱਡ ਕੇ ਫਿਰ ਵਾਪਸ ਉਹਨਾਂ ਕੋਲ ਚਲਾ ਗਿਆ ਉਹਨਾਂ ਨੇ ਆਏ ਨੂੰ ਰੋਕਿਆ ਨਹੀਂ ਕਿਉਂਕਿ ਖੇਡ ਸਿਆਸੀ ਇਸ ਸਿਆਸੀ ਖੇਡ ਦੇ ਵਿੱਚ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਇਸ ਕਰਕੇ ਉਹਨੇ ਆਖਿਆ ਆ ਜਾ ਸਾਡੀ ਸਰਕਾਰ ਬਣਦੀ ਬਣਾ ਲਾਂਗੇ ਉਹਦੇ ਵਿੱਚ ਲਾਲੂ ਪ੍ਰਸਾਦ ਦਾ ਪੁੱਤਰ ਤੇਜਸਵੀ ਯਾਦਵ ਆਪਣੇ ਭਰਾ ਤੇਜ ਪ੍ਰਤਾਪ ਸਮੇਤ ਵੀ ਗਿਆ ਕਾਂਗਰਸੀ ਵੀ ਬੜੇ ਕਾਲੇ ਆ ਚੱਲ ਇਸੇ ਬਾਨੇ ਝੰਡੀ ਵਾਲੀ ਕਾਰ ਮਿਲੇਗੀ ਦੋ ਚਾਰ ਜਿਹੜੇ ਖੱਬੇ ਪੱਕੇ ਉਹ ਵੀ ਤੁਰ ਪਿਆ ਨਕਸਲੀਆਂ ਦੇ ਕਰੋਪਨ ਗਰੁੱਪ ਨੇ ਆਖਿਆ ਹਮਾਇਤ ਕਰਾਂਗੇ ਸਰਕਾਰ ਚ ਨਹੀਂ ਆਉਣਾ ਚੱਲੋ ਲੱਗਿਓ ਵੀ ਲੱਗੇ ਨੇ ਇਹ ਕਿੰਨੇ ਦਿਨ ਰਹਿਣਗੇ ਪਤਾ ਨਹੀਂ ਪਰ ਗਏ ਕਿਉਂ ਇਸ ਕਰਕੇ ਕਿ ਨਤੀਸ਼ ਕੁਮਾਰ ਦੇ ਨਾਲ ਸਾਂਝ ਦੇ ਵਿੱਚ ਭਾਜਪਾ ਨੇ ਉਹਦਾ ਸਭ ਤੋਂ ਨੇੜ ਦਾ ਜੋੜੀਦਾਰ ਉਹਦੇ ਵਿਰੋਧ ਦੇ باوجود ਕੇਂਦਰ ਸਰਕਾਰ ਚ ਮੰਤਰੀ ਬਣਾ ਲਿਆ ਤੇ ਉਹਦੇ ਰਹੀਂ ਨਤੀਸ਼ ਕੁਮਾਰ ਦੀ ਪਾਰਟੀ ਚ ਉਹ ਕੰਮ ਕਰਾਉਣਾ ਸ਼ੁਰੂ ਕੀਤਾ ਜੋ ਮਹਾਰਾਸ਼ਟਰ ਦੀ ਸ਼ਿਵ ਸੈਨਾ ਚ ਏਕਨਾਥ ਛਿੰਦੇ ਤੋਂ ਕਰਾਇਆ ਸੀ ਏਕਨਾਥ ਛਿੰਦੇ ਵਰਗੇ ਛਿੰਦੇ ਇਹਨਾਂ ਨੇ ਕਈਆਂ ਥਾਵਾਂ ਤੇ ਰੱਖੇ ਆ ਤੇ ਉਹਨਾਂ ਛਿੰਦਿਆਂ ਦੇ ਰਹੀਂ ਇਹੋ ਜਿਹਾ ਕੰਮ ਕਰਾਉਂਦੇ ਆ ਪਰ ਜਿੰਨੇ ਵੀ ਛਿੰਦੇ ਆ ਇਹਨਾਂ ਦੇ ਛਿੰਦ ਪੁਣੇ ਦਾ ਸਾਨੂੰ ਪਤਾ ਹੈ ਮਮਤਾ ਬੈਨਰਜੀ ਦੇ ਮੁਕਾਬਲੇ ਸਵਿੰਦੂ ਅਧਕਾਰੀ ਨੂੰ ਉਭਾਰਿਆ ਗਿਆ ਸਵਿੰਦੂ ਅਧਕਾਰੀ ਕਿਸੇ ਵਕਤ ਮਮਤਾ ਬੈਨਰਜੀ ਦਾ ਬਸਤਾ ਚੁੱਕ ਹੁੰਦਾ ਸੀ ਉਹਦੇ ਨਾਲ-ਨਾਲ ਘੁੰਮਦਾ ਹੁੰਦਾ ਸੀ ਭਾਜਪਾ ਦੇ ਖਿਲਾਫ ਬੋਲਦਾ ਸੀ ਉੱਥੇ ਸ਼ਾਰਦਾ ਚਿੱਟ ਫੰਡ ਕੰਪਨੀ ਦਾ ਘਟਾਲਾ ਨਿਕਲਿਆ ਜਿਹਦੇ ਵਿੱਚ ਕਈ ਮੰਤਰੀਆਂ ਪਾਰਲੀਮੈਂਟ ਮੈਂਬਰਾਂ ਨੂੰ ਸੀਬੀਆਈ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸਦਕੇ ਚੰਗੀ ਤਰ੍ਹਾਂ ਝੰਡਿਆ ਉਹਨਾਂ ਚੋਂ ਜਿਹੜੇ ਭਾਜਪਾ ਚ ਚਲੇ ਗਏ ਉਹ ਬਚ ਕੇ ਬਾਕੀਆਂ ਦਾ ਰਗਡਾ ਨਿਕਲਦਾ ਰਿਹਾ ਪੀਚ ਦੰਬਰਮ ਤੇ ਉਹਦੀ ਪਤਨੀ ਨਿਲਨੀ ਚ ਨੰਬਰਨ ਦੋਵੇਂ ਉਸ ਕੇਸ ਦੇ ਵਿੱਚ ਉਲਝਾਇਆ ਗਿਆ ਇਸ ਵਿੰਦੂ ਅਧਿਕਾਰੀ ਵੀ ਉਹਨਾਂ ਚੋਂ ਸੀ ਜਿਨ੍ਹਾਂ ਨੂੰ ਮੁੜ ਮੁੜ ਕੇ ਸੀਬੀਆਈ ਨੇ ਉਹਦੋਂ ਸਦਕੇ ਪੁੱਛਿਆ ਸੀ ਤੇ ਫਿਰ ਅਚਾਨਕ ਇਹ ਭਾਜਪੀ ਨੂੰ ਪਿਆਰਾ ਲੱਗਣ ਲੱਗ ਪਿਆ ਉਹ ਹੇਮੰਤ ਸ਼ਰਮਾ ਵਿਸ਼ਵਾਸ ਸ਼ਰਮਾ ਜੋ ਵੀ ਉਹ ਅਸਾਮ ਦਾ ਮੁੱਖ ਮੰਤਰੀ ਹੈ ਹੇਮੰਤ ਵਿਸ਼ਵਾਸ ਸ਼ਰਮਾ ਉਹ ਵੀ ਪਹਿਲਾਂ ਕਾਂਗਰਸੀ ਮੰਤਰੀ ਹੁੰਦਾ ਸੀ ਮੁਰਮੁਰ ਕੇ ਸਦਕੇ ਜਾਂਚ ਏਜੰਸੀਆਂ ਮਿਠਾ ਛੜਦੀਆਂ ਬੇਇਜ਼ਤੀ ਕਰਦੀਆਂ ਸੀ ਜਦੋਂ ਭਾਜਪਾ ਚ ਚਲਾ ਗਿਆ ਬੇਇਜ਼ਤੀ ਬੰਦ ਹੋ ਗਈ ਚੜਤ ਸ਼ੁਰੂ ਹੋ ਗਈ ਅੱਜਕਲ ਮੁੱਖ ਮੰਤਰੀ ਹੈ ਇਹ ਕੰਮ ਸਾਰਿਆਂ ਥਾਵਾਂ ਤੇ ਚੱਲਦਾ ਨतीश ਕੁਮਾਰ ਦੇ ਹੁੰਦਿਆਂ ਬਿਹਾਰ ਦੇ ਵਿੱਚ ਵੀ ਇਹਨਾਂ ਨੇ ਚਲਾਉਣ ਦਾ ਯਤਨ ਕੀਤਾ ਸੀ ਔਰ ਅਗੋਂ ਉਹਨੇ ਕਰਨਾ ਵੀ ਕਰਨਾ ਕੀਆ ਉਹ ਮੈਂ ਨਹੀਂ ਕਹਿੰਦਾ ਅੱਜ ਸਵੇਰ ਦਾ ਇੱਕ ਕਾਰਟੂਨ ਸਾਰੇ ਪਾਸੇ ਚਰਚਾ ਵਿੱਚ ਹੈ ਉਹ ਕਾਰਟੂਨ ਮੇਰੇ ਕੋਲ ਵੀ ਆਇਆ ਮੈਂ ਤੁਹਾਨੂੰ ਵਿਖਾ ਦਿੰਦਾ ਉਹ ਕਾਰਟੂਨ ਇਹ ਕਹਿੰਦਾ ਕਿ ਈਡੀ ਵਾਲੇ ਸਾਹਿਬ ਜੀ ਆਪਣੇ ਘਰ ਆਏ ਸਨ ਉਹ ਆਏ ਸੀ ਛਾਪਾ ਮਾਰਨ ਵਾਸਤੇ ਤੇ ਮੈਨੂੰ ਪਤਾ ਸੀ ਉਹ ਕੀ ਚਾਹੁੰਦੇ ਆ ਮੈਂ ਤੁਹਾਡੀ ਨੇਮ ਪਲੇਟ ਲਾਤੀ ਤੇ ਉਹਦੀ ਥਾਂ ਦੇ ਉੱਤੇ ਮੈਂ ਕਮਲ ਦਾ ਫੁੱਲ ਲਾ ਦਿੱਤਾ ਤੇ ਵੇਖ ਕੇ ਮੁੜ ਗਿਆ ਇਹਦਾ ਮਤਲਬ ਕਿ ਭਾਰਤ ਦੇ ਕਾਰਟੂਨਿਸਟ ਤੇ ਕਲਾਕਾਰ ਵੀ ਇਹ ਜਾਣਦੇ ਆ ਔਰ ਵੱਡੇ ਸਾਹਬਾਂ ਦੇ ਦਰਵਾਜੇ ਤੇ ਖੜੇ ਸੁਰੱਖਿਆ ਗਾਰਡ ਸਿਕਿਉਰਿਟੀ ਗਾਰਡ ਤੇ ਡਰਾਈਵਰ ਵੀ ਜਾਣਦੇ ਆ ਕਿ ਈਡੀ ਆਉਣ ਦਾ ਮਤਲਬ ਇਹ ਹੁੰਦਾ ਕਿ ਇਸ ਬੰਦੇ ਨੂੰ ਹੁਣ ਕੇਂਦਰ ਸਰਕਾਰ ਭਾਜਪਾ ਵਿੱਚ ਲੈਣਾ ਚਾਹੁੰਦੀ ਹੈ ਉਹਦੇ ਵਾਸਤੇ ਛਾਪੇ ਮਾਰੇ ਜਾ ਰਹੇ ਹਨ ਇੰਨਾ ਜਾਂਚ ਏਜੰਸੀਆਂ ਦਾ ਇੰਨਾ ਸਿਆਸੀਕਰਨ ਹੋ ਜਾਵੇਗਾ ਇਸ ਦੇਸ਼ ਵਾਸਤੇ ਚੰਗਾ ਨਹੀਂ ਨੇ ਚੰਗਾ ਨਾ ਸਹੀਂ ਇਹ ਅਗਲੇ ਪਾਸੇ ਜਾਣ ਜਿੰਨਾ ਸਰਕਾਰ ਚਰੋਣੀ ਉਹ ਜਾਣਨ ਜਿਨ੍ਹਾਂ ਨੇ ਭੁਗਤਣਾ ਉਹ ਜਾਣਨ ਇੱਕ ਆਮ ਆਦਮੀ ਦੇ ਤੌਰ ਤੇ ਮੈਂ ਇਹ ਸਮਝਦਾ ਕਿ ਜਦੋਂ ਰੱਪਾ ਭਾਜਪਾ ਦਾ ਲੀਡਰ ਹੋਵੇ ਸਨ ਤੇ ਫੜੇ ਚੋਰ ਵਾਂਗ ਕ腐ਸ਼ਨ ਕਰਦਾ ਫੜਿਆ ਜਾਵੇ ਜੇਲ੍ਹ ਚਲਾ ਜਾਵੇ ਭਾਜਪਾ ਦਾ ਸਭ ਤੋਂ ਵੱਡਾ ਲੀਡਰ ਲਾਲ ਕਿਸ਼ਨ ਅਡਵਾਨੀ ਸਾਰੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਰਾਸ਼ਰੀ ਯਾਤਰਾ ਕਰੇ ਪਰ ਕਰਨਾਟਕ ਵਿੱਚ ਨਹੀਂ ਗਿਆ ਤੇ ਪੱਤਰਕਾਰਾਂ ਨੇ ਪੁੱਛਿਆ ਅਸੀਂ ਉੱਥੇ ਕਿਉਂ ਨਹੀਂ ਗਏ ਕਹਿੰਦੇ ਮੁੱਖ ਮੰਤਰੀ ਜਦੂ ਰੱਪਾ ਨੇ ਮੈਨੂੰ ਉੱਥੇ ਜਾਣ ਜੋਗਾ ਨਹੀਂ ਛੱਡਿਆ ਸਾਡੀ ਭਾਜਪਾ ਦੀ ਉਹਨੇ ਬਦਨਾਮੀ ਬਹੁਤ ਕਰਾਤੀ ਉਹਦੇ باوجود ਉਹਨੂੰ ਵਾਰ-ਵਾਰ ਮੁੱਖ ਮੰਤਰੀ ਬਣਾਇਆ ਜਾਵੇ ਵਾਰ-ਵਾਰ ਮੁੱਖ ਮੰਤਰੀ ਬਣਾਇਆ ਜਾਵੇ ਕਿਉਂਕਿ ਕਮਾਊ ਪੁੱਤ ਹੈ ਔਰ ਕੱਲਾ ਕਮਾਊ ਪੁੱਤ ਨੇ ਦੂਸਰਿਆਂ ਨੂੰ ਘੇਰ ਕੇ ਤੇ ਇਸ ਪਾਰਟੀ ਵਿੱਚ ਲਿਆਉਣ ਦੇ ਦਾਪੇਚ ਵੀ ਉਹ ਜਾਣਦਾ ਇਦਾਂ ਦੇ ਬਹੁਤ ਸਾਰੇ ਬੰਦੇ ਹੋਰ ਨੇ ਜਿਹੜੇ ਭਾਜਪਾ ਦੀ ਖਿਦਮਤ ਕਰਨ ਉਧਰ ਚਲੇ ਗਏ ਆ ਕੁਝ ਜਾਣ ਨੂੰ ਤਿਆਰ ਆ ਕੁਝ ਜੇ ਜੱਕੋ ਤੱਕਾਂ ਚਾ ਜਾਈਏ ਕਿ ਨਾ ਜਾਈਏ ਜਾਈਏ ਕਿ ਨਾ ਜਾਈਏ ਸਮਾਂ ਦੱਸੇਗਾ ਮੈਂ ਇਸ ਮੁੱਦੇ ਨੂੰ ਇੱਥੇ ਛੱਡ ਕੇ ਹੁਣ ਇੱਕ ਹੋਰ ਮੁੱਦੇ ਤੇ ਆਉਣਾ ਚਾਹਨਾ ਗੱਲ ਇਹ ਆ ਕਿ ਅਸੀਂ ਹੁਣੇ-ਹੁਣੇ ਵਰਡ ਗੇਮਸ ਖੇਡੀਆਂ ਜਾਂ ਜਾਂਦੀਆਂ ਵੇਖੀਆਂ ਨੇ ਕੱਲ ਖਤਮ ਹੋ ਗਈਆਂ ਚਰਚਾ ਮੈਂ ਹੋਦੀ ਵੀ ਕਰਨੀਆਂ ਤੇ ਉਹਦੇ ਤੋਂ ਬਾਅਦ ਮੈਂ ਇੱਕ ਬਹੁਤ ਖਾਸ ਗੱਲ ਕਰਨੀ ਆ ਜਿਹੜੀ ਪੰਜਾਬ ਸਰਕਾਰ ਕਰਨ ਲੱਗੀ ਆ ਮੈਂ ਪੰਜਾਬ ਸਰਕਾਰ ਦੇ ਉਸ ਫੈਸਲੇ ਦਾ ਵੀ ਸਵਾਗਤ ਕਰਨਾ ਤੇ ਉਹਦੇ ਸੰਬੰਧ ਚ ਕੋਈ ਜ਼ਰੂਰੀ ਗੱਲਾਂ ਵੀ ਕਰਨੀਆਂ ਪਰ ਉਹਦੇ ਤੋਂ ਪਹਿਲਾਂ ਇੱਕ ਗੱਲ ਮੈਂ ਹੋਰ ਕਰਨੀ ਚਾਹਣਾ ਕੱਲ ਪੰਜਾਬ ਦੇ ਸਿੱਖਿਆ ਮੰਤਰੀ ਨੇ ਮੀਤ ਧੇਰ ਨੇ ਇੱਕ ਮੀਟਿੰਗ ਲਈ ਹੈ ਉਹ ਮੀਟਿੰਗ ਸੀ ਕਾਲਜਾਂ ਦੇ ਮਾਮਲੇ 'ਚ ਜਿਹੜੇ ਕਾਲਜਾਂ ਨੂੰ ਚ ਲਾਉਣ ਵਾਸਤੇ ਮੋٹے ਤੌਰ ਤੇ ਗਰਾਂਟਾ ਪੰਜਾਬ ਸਰਕਾਰ ਦਿੰਦੀ ਹੈ ਪੰਜਾਬ ਦੇ ਲੋਕਾਂ ਦੀ ਟੈਕਸਾਂ ਦੀ ਕਮਾਈ ਚੋਂ ਨੋਟਾਂ ਦੇ ਗੱਫੇ ਦਿੱਤੇ ਜਾਂਦੇ ਆ ਉਹ ਕਾਲਜ ਸਰਕਾਰ ਤੋਂ ਸਿਰਫ ਨੋਟ ਚਾਹੁੰਦੇ ਆ 나ਗਲੇ ਪੱਸੇ ਟੀਚਰਾਂ ਨੂੰ ਬਾਕੀ ਸਟਾਫ ਨੂੰ ਪੂਰੀਆਂ ਤਨਖਾਹਾਂ ਦਿੰਦੇ ਆ ਨਾ ਸਰਕਾਰ ਦੇ ਕਿਸੇ ਨਿਜਮ ਕਾਨੂੰਨ ਨੂੰ ਮੰਨਦੇ ਆ ਤੇ ਨਾ ਮੰਨਣ ਨੂੰ ਤਿਆਰ ਬਲਕਿ ਉਹਨਾਂ ਚੋਂ ਕੁਝ ਲੋਕ ਕਹੇ ਜੇ ਜਿਨ੍ਹਾਂ ਨੇ ਪਿਛਲੇ 3 ਦਿਨਾਂ ਚ ਅੱਡ-ਅੱਡ ਕਾਲਜਾਂ ਦੀਆਂ ਮੈਨੇਜਮੈਂਟਾਂ ਨੂੰ ਤੇ ਪ੍ਰਿੰਸੀਪਲਾਂ ਨੂੰ ਇਹ ਸੁਨੇਹਾ ਭੇਜਿਆ ਕਿ ਪ੍ਰਵਾਹ ਕਰਨ ਦੀ ਲੋੜ ਨਹੀਂ ਸਾਡੇ ਕੋਲੇ ਦਾ ਤੋੜੇਗਾ ਤੋੜ ਕਾ ਦਾ ਤੁਹਾਡੇ ਕੋਲ ਤੋੜ ਨਹੀਂ ਤੁਹਾਡੇ ਕੋਲ ਸਿਆਸੀ ਜੋੜ ਹੁੰਦਾ ਸੀ 1978 ਵਿੱਚ ਇੱਕ ਫੈਸਲਾ ਹੋਇਆ ਸੀ ਕਿ ਤੁਹਾਡੀਆਂ ਮੈਨੇਜਮੈਂਟਾਂ ਜਿਹੜੀਆਂ ਉਹਨਾਂ ਚ ਸਰਕਾਰ ਦਾ ਇੱਕ ਨਮਾਇੰਦਾ ਸ਼ਾਮਲ ਹੋਵੇਗਾ ਤੁਸੀਂ ਮੰਨਣ ਨੂੰ ਤਿਆਰ ਨਹੀਂ ਤੁਸੀਂ ਕਰਦੇ ਕਿਉਂ ਜਿਨ੍ਹਾਂ ਨੇ 8-8 10-10 ਸਾਲ ਕੰਮ ਕੀਤਾ ਪਹਿਲਾਂ ਉਹਨਾਂ ਨੂੰ ਵੱਧੀ ਤਨਖਾਹ ਫਿਰ ਅੱਦੀੋਂ ਵੀ ਅੱਦੀ ਕਰੀ ਜਾਂਦੇ ਹੌਲੀ ਹੋਰੀ ਘਟਾਈ ਜਾਂਦੇ ਕੇਸ ਕਰਕੇ ਇੱਕ ਛੱਡ ਕੇ ਭੱਜ ਜਾਵੇ ਜੋ ਫਿਰ ਵੀ ਓਖਾ ਸੁੱਖਾ ਦਿਨ ਕੱਟੀ ਜਾਂਦਾ ਤੇ ਮੁੜ ਕੇ ਰਾਤ ਨੂੰ ਅਚਾਨਕ ਟਰਮੀਨੇਸ਼ਨ ਆਰਡਰ ਦੇ ਕੇ ਤੇ ਘਰ ਭੇਜ ਦਿੰਦੇ ਜੀ ਹਾਂ ਪੰਜਾਬ ਦਾ ਇੱਕ ਉੱਗਾ ਕਿਸਾਨ ਆਗੂ ਜਿਨੇ ਪਿਛਲੇ ਸਮੇਂ ਚ ਚੋਣਾ ਲੜਨ ਚ ਵੀ ਅਗਵਾਈ ਕੀਤੀ ਹੈ ਉਹਦੇ ਕਾਲਜ ਵਿੱਚੋਂ ਇੱਕ ਲੈਕਚਰ ਨੂੰ ਇੱਕ ਪ੍ਰੋਫੈਸਰ ਨੂੰ ਬੱਚੇ ਪੜਾਉਣ ਵਾਲੇ ਨੂੰ ਅਚਾਨਕ ਕੱਢ ਦਿੱਤਾ ਗਿਆ ਉਹਦੇ ਤੋਂ ਪਹਿਲਾਂ ਪਿਛਲੇ 3-4 ਮਹੀਨਿਆਂ 'ਚ ਕੁਝ ਮੁੰਡੇ ਤੇ ਕੁੜੀਆਂ ਨੂੰ ਇਸੇ ਤਰ੍ਹਾਂ ਕਾਲਜਾਂ ਵਿੱਚੋਂ ਖੜੇ ਪੈ ਰੱਖਿਆ ਗਿਆ ਚਲੇ ਜਾਓ ਜਾਂ ਘਰ ਈਮੇਲ ਕਰ ਦਿੱਤੀ ਗਈ ਮੈਸੇਜ ਕਰ ਦਿੱਤਾ ਗਿਆ ਕਿ ਅੱਜ ਤੂੰ ਡਿਊਟੀ ਤੇ ਨਹੀਂ ਆਉਣਾ ਉਹ ਔਣਜੋਗੇ ਨਹੀਂ ਮੈਨੇਜਮੈਂਟ ਆ ਮਰਜ਼ੀ ਨਾਲ ਫੈਸਲੇ ਕਰਦੀਆਂ ਨੇ ਤਨਖਾਹਾਂ ਪੂਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਜਲੰਧਰ ਦੇ ਇੱਕ ਕਾਲਜ ਦੇ ਵਿੱਚ ਤੁਸੀਂ ਸੁਣ ਕੇ ਹੈਰਾਨ ਹੋਵੋਗੇ 41ਵਾਂ ਮਹੀਨਾ ਲੰਘ ਗਿਆ ਅਜੇ ਤੱਕ ਸਟਾਫ ਨੂੰ ਤਨਖਾਹਾਂ ਨਹੀਂ ਮਿਲੀਆਂ 41 ਮਹੀਨੇ ਦਾ ਮਤਲਬ ਹੁੰਦਾ 12 ਤਿਆਂ 36 3 ਸਾਲ ਤੇ 5 ਮਹੀਨੇ ਜਿਨ੍ਹਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਉਹ ਕੀ ਕਰਨਗੇ ਇਸ ਝਾਕ ਵਿੱਚ ਬੈਠੇ ਇਸ ਝਾਕ ਵਿੱਚ ਬੈਠੇ ਇਸ ਝਾਕ ਵਿੱਚ ਬੈਠੇਗਾ ਕਿ ਕਦੇ ਉਠਦਾ ਬੁੱਲ ਡਿੱਗੇਗਾ ਸ਼ਾਇਦ ਇਹਨਾਂ ਨੇ ਮਨ ਮਿਹਰ ਪਵੇਗੀ ਕਦੇ ਤਾਂ ਤਨਖਾਹਾਂ ਦੇ ਦੇਣਗੇ ਪਰ ਜਿਹੜੀ ਮੈਨੇਜਮੈਂਟ ਹੈ ਬੇਸ਼ਰਮ ਹੈ ਉਹਨਾਂ ਨੂੰ ਤਨਖਾਹਾਂ ਦੇਣ ਨੂੰ ਤਿਆਰ ਨਹੀਂ ਅਸੀਂ ਪਿੱਟਦੇ ਆ ਅਸੀਂ ਰੋਂਦੇ ਆ ਕਿ ਸਾਡੇ ਕੋਲ ਇੱਥੇ ਬੇਰਜ਼ਗਾਰੀ ਬਹੁਤ ਹੈ ਪੜ੍ਹੇ ਲਿਖੇ ਮੁੰਡੇ ਕੁੜੀਆਂ ਉਹ ਨੌਕਰੀਆਂ ਮੰਗਦੇ ਆ ਐਮਫਿਲ ਪੀ ਐਚ ਟੀ ਵਾਲੇ ਜਿਨ੍ਹਾਂ ਕੋਲ ਯੋਗਤਾਵਾਂ ਉਹ ਨੌਕਰੀਆਂ ਮੰਗਦੇ ਆ ਅਯੋਗ ਬੰਦੇ ਜਿਹੜੇ ਆ ਉਹਨਾਂ ਨੂੰ ਤਰੱਕੀਆਂ ਦੇ ਕੇ ਤੇ ਉੱਚੇ ਅਹੁਦਿਆਂ ਤੇ ਲਾ ਦਿੱਤਾ ਗਿਆ ਪਿਛਲੇ ਮਹੀਨੇ ਹਿੰਦੁਸਤਾਨ ਦਾ ਇੱਕ ਬਹੁਤ ਵੱਡਾ ਹਿੰਦੀ ਦਾ ਵਿਅੰਗਕਰ ਤੁਰ ਗਿਆ ਸ੍ਰਿੰਦਰ ਸ਼ਰਮਾ ਉਹ ਕਹਿੰਦਾ ਸੀ ਦੇਖੀ ਮੈਨੇ ਆਪਣੇ ਦੇਸ਼ ਕੀ ਬਾਤ ਇੱਕ ਹੈ ਖਾਸ ਘੋੜੇ घास ਹੈ ਚੱਲ ਰਹੇ ਗਦੋਂ ਕੋ ਚਵਨਪਰਾਸ਼ ਇੱਥੇ ਹਾਲਤ ਇਹ ਕਿ ਜਿਹੜੇ ਐਲੀਜੀਬਲ ਨੇ ਜਿਹੜੇ ਯੋਗਤਾ ਰੱਖਦੇ ਨੇ ਉਹ ਬਾਹਰ ਫਿਰਦੇ ਨੇ ਜਿਹੜੇ ਯੋਗਤਾ ਨਹੀਂ ਰੱਖਦੇ ਉਹ ਕਾਲਜਾਂ ਦੀਆਂ ਮੈਨੇਜਮੈਂਟਾਂ ਨੇ ਆਪਣੇ ਚਾਹਤੇ ਹੋਣ ਕਰਕੇ ਉੱਚੇ ਅਹੁਦਿਆਂ ਤੇ ਬਿਠਾਏ ਮੈਂ ਕਿਸ ਤਰ੍ਹਾਂ ਦੇ ਸੱਜਣ ਨੂੰ ਆਖਿਆ ਵੀ ਤੁਸੀਂ ਤਾਂ ਯੋਗਤਾ ਨਹੀਂ ਰੱਖਦੇ ਮੇਰੇ ਸਾਹਮਣੇ ਚਿੱਠੀਆਂ ਪੇਸ਼ ਕਰਨ ਲੱਗ ਪਿਆ ਕਿ ਯੂਨੀਵਰਸਿਟੀ ਨੇ ਆਪਣੀਆਂ ਚਿੱਠੀਆਂ 'ਚ ਮੈਨੂੰ ਇਸ ਅਹੁਦੇ ਦੇ ਯੋਗ ਮੰਨ ਕੇ ਮੇਰੇ ਨਾਂ ਨਾਲ ਆ ਲਿਖਿਆ ਪ੍ਰੋਫੈਸਰ ਸਾਹਿਬ ਮੈਂ ਕਿਹਾ ਅੱਛਾ ਯੂਨੀਵਰਸਿਟੀ ਦੀ ਚਿੱਠੀ ਆ ਜਾਵੇ ਤੇ ਉਹ ਚਿੱਠੀ ਨੂੰ ਆਪਾਂ ਸਰਟੀਫਿਕੇਟ ਮੰਨ ਲੈਨੇ ਆ ਫਿਰ ਤੁਹਾਡੇ ਸਾਹਮਣੇ ਬੈਠਾ ਬੰਦਾ ਜਤਿੰਦਰ ਪੰਨੂ ਪੱਤਰਕਾਰ ਨਹੀਂ ਐ ਵੀ ਡਾਕਟਰ ਜਤਿੰਦਰ ਪੰਨੂ ਮੇਰੇ ਕੋਲ 3-4 ਯੂਨੀਵਰਸਿਟੀ ਦੀਆਂ ਚਿੱਠੀਆਂ ਨੇ ਉਹ ਇਹ ਸੋਚ ਲਿੰਦੇ ਸੈਮੀਨਾਰ ਤੇ ਆਉਣ ਵਾਲਾ ਬੰਦਾ ਡਾਕਟਰ ਹੀ ਹੋਣਾ ਉਹ ਆਪੇ ਲਿਖ ਦਿੰਦੇ ਡਾਕਟਰ ਜਤਿੰਦਰ ਪੰਨੂ ਤੇ ਮੈਂ ਹਰ ਵਾਰੀ ਜਾ ਕੇ ਕਹਿੰਦਾ ਜੀ ਮੈਂ ਕੋਈ ਡਾਕਟਰ ਨਹੀਂ ਜੇ ਮੈਂ ਤੇ ਵਿਚਾਰਾ ਫਾਰਮਾਸਿਸਟ ਵੀ ਵੈਣੀ ਮੈਨੂੰ ਤੁਸੀਂ ਕਿਉਂ ਲਿਖਦਾ ਕਹਿੰਦੇ ਜੀ ਸਾਨੂੰ ਪ੍ਰਭਾਵ ਸੀ ਮੈਂ ਇਹੋ ਜਿਹੇ ਮੈਨੇਜਮੈਂਟਾਂ ਨੂੰ ਜਾਣਦਾ ਜਿਨ੍ਹਾਂ ਨੇ ਕਪੜੇ ਕੀਤੇ ਆ ਸਰਕਾਰ ਤੋਂ ਸਟਾਫ ਦੇ ਨਾਂ ਤੇ ਤਨਖਾਹਾਂ ਲਈਆਂ ਨੇ ਪੈਸੇ ਲੈਨੇ ਅੱਗੇ ਨਹੀਂ ਦਿੱਤੇ ਤੇ ਆਪੋ ਵਿੱਚ ਖਾ ਗਏ ਨੇ ਉਹਦੇ ਨਾਲ ਹੋਰ ਪ੍ਰਾਪਰਟੀ ਬਣਾਈਆਂ ਕੱਲ ਪੰਜਾਬ ਦੇ ਸਿੱਖਿਆ ਮੰਤਰੀ ਦੀ ਮੀਟਿੰਗ ਵਿੱਚ ਇਸ ਗੱਲ ਤੇ ਫੈਸਲਾ ਹੋਇਆ ਕਿ ਨੌ ਕਾਲਜਾਂ ਦੇ ਵਿੱਚ ਪਤਾ ਲੱਗਾ ਪ੍ਰਿੰਸੀਪਲ ਯੋਗ ਨਹੀਂ ਯੋਗਤਾ ਤੋਂ ਬਗੈਰ ਲਾਏ ਹੋਏ ਉਹਨਾਂ ਦਾ ਪਤਾ ਕਰੋ ਜਿਹੜੇ ਕਾਲਜਾਂ ਵਿੱਚ ਸਟਾਫ ਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਉਹਨਾਂ ਤਨਖਾਹਾਂ ਤੋਂ ਬਗੈਰ ਕੰਮ ਕਰਦੇ ਸਟਾਫ ਵਾਸਤੇ ਜੇ ਪੰਜਾਬ ਦੀ ਸਰਕਾਰ ਕੁਝ ਕਰਨ ਲੱਗੀ ਆ ਤੇ ਅਸੀਂ ਸਵਾਗਤ ਕਰਾਂਗੇ ਕਰਨ ਲੱਗੇ ਆ। ਦੇਰ ਆਇਆ, ਦਰਸਤਾਇ ਪਰ ਕੁਝ ਕਰਨ ਤਾਂ ਲੱਗੇ ਆ ਸ਼ੁਕਰ। ਚੰਗੀ ਗੱਲ ਐ ਕਰੋ। ਮੈਨੂੰ ਇਹ ਵੀ ਪਤਾ ਕੁਝ ਇਹੋ ਜਿਹੇ ਵੀ ਪ੍ਰਬੰਧਕ ਨੇ ਜਿਨ੍ਹਾਂ ਨੇ ਸਟਾਫ ਨੂੰ ਤਨਖਾਹਾਂ ਪੂਰੀਆਂ ਨਹੀਂ ਦਿੱਤੀਆਂ ਤੇ ਆਪਣੀ ਮੈਨੇਜਮੈਂਟ ਨੂੰ ਲਿਖ ਕੇ ਪ੍ਰਿੰਸੀਪਲਾਂ ਨੇ ਕੱਲ ਤੱਕ ਤਨਖਾਹਾਂ ਦੇ ਚੁੱਕੇ ਆ। ਜੇ ਇਹ ਗੱਲ ਉੱਤੇ ਉਹਦੀ ਵੀ ਪੜਤਾਲ ਹੋਣੀ ਚਾਹੀਦੀ ਐ। ਔਰ ਇਹ ਜਿਹੜੇ ਬੱਚੇ ਪੜਾਉਂਦੇ ਨੇ ਜਿਹੜੇ ਟੀਚਰ ਮੁੰਡੇ ਕੁੜੀਆਂ ਉੱਥੇ ਜਾ ਕੇ ਲੋਕਾਂ ਦੀ ਸੇਵਾ ਕਰਦੇ ਨੇ ਮੁੰਡੇ ਕੁੜੀਆਂ ਤੋਂ ਬਾਅਦ ਨੌਕਰੀਆਂ ਕਰਦੇ ਕਰਦੇ ਐਸੋ ਰਿਟਾਇਰਮੈਂਟ ਤੱਕ ਪਹੁੰਚ ਗਏ ਨੇ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਜੇ ਇਹ ਸਰਕਾਰ ਵੀ ਨਾ ਦੇਵਾ ਸਕੇ ਤੇ ਪਿਛਲੀਆਂ ਸਰਕਾਰਾਂ ਨੇ ਤਾਂ ਲਾਰੇ ਲਾਏ ਸੀ ਹੱਕ ਮਾਰੇ ਸੀ ਉਹਨਾਂ ਦੇ ਵਕਤ ਜਿਹੜੇ ਲੋਕ ਦੁਖੀ ਸਨ ਜੇ ਅੱਜ ਵੀ ਉਹ ਦੁਖੀ ਰਹਿੰਦੇ ਆ ਤੇ ਪੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਲੋਕਾਂ ਨੇ ਤੁਹਾਡੀ ਸਰਕਾਰ ਦੇ ਨਾਂ ਨਾਲ ਸਿਰਫ ਆਮ ਆਦਮੀ ਲਿਖਿਆ ਨਹੀਂ ਵੇਖਣਾ ਇਹ ਵੇਖਣਾ ਕਿ ਤੁਸੀਂ ਆਮ ਆਦਮੀ ਵਾਸਤੇ ਕਰਦੇ ਕੀ ਹੋ ਅਗਲੀ ਗੱਲ ਮੈਂ ਲੈਣੀ ਆ ਕਿ ਕਾਮਨਵੈਲਥ ਖੇਡਾਂ ਹੋਈਆਂ ਸਾਡੇ ਮੁੰਡੇ ਤੇ ਕੁੜੀਆਂ ਨੇ ਭਾਰਤ ਦੇਆਂ ਨੇ ਬਹੁਤ ਚੰਗੀ ਭੂਮਿਕਾ ਨਿਭਾਈ ਬਹੁਤ ਵੱਡੀਆ ਖੇਡ ਖੱਡੀ ਬਹੁਤ ਸੋਹਣੇ ਮੈਡਲ ਜਿੱਤੇ ਆ ਬੜੇ ਵਧੀਆ ਜਿੱਤ ਕੇ ਆਏ ਨੇ ਉਹਨਾਂ ਚ ਸਾਡੇ ਪੰਜਾਬ ਦੇ ਵੀ ਨੇ ਮੈਂ ਭਾਰਤ ਵਾਲਿਆਂ ਦੇ ਵਿੱਚ ਮੀਰਾ ਬਾਊ ਜਾਨੂ ਮੀਰਾ ਬਾਈ ਜਾਨੂ ਤੋਂ ਬਾਅਦ ਪੀਬੀ ਸਿੰਧੂ ਤੱਕ ਸਾਰਿਆਂ ਦੇ ਨਾਮ ਲੈ ਕੇ ਸਮਾ ਇਹਨਾਂ ਨਹੀਂ ਦੇ ਸਕਦਾ ਮੇਰੀ ਮਜਬੂਰੀ ਹੈ ਮੁਆਫ ਕਰਨਾ ਸਾਡੇ ਪੰਜਾਬ ਦੇ ਬੱਚਿਆਂ ਨੇ ਵਿੱਚ ਚੰਗੀ ਖੇਡ ਖੇਡੀ ਹੈ ਇਹਨਾਂ ਚੋ ਹਰਜਿੰਦਰ ਕੋ ਹੋਵੇ ਲਵਪ੍ਰੀਤ ਹੋਵੇ ਗੁਰਜੀਤ ਹੋਵੇ ਕਿੰਨੇ ਨੇ ਮੈਂ ਸਾਰਿਆਂ ਦੇ ਨਾਂ ਨਹੀਂ ਐਸੋੜੀ ਇੱਕਦਮ ਚਿੱਤੇ ਕਰ ਸਕਦਾ ਪਰ ਜਿੰਨਾਂ ਜਿਨਾਂ ਨੇ ਉੱਥੇ ਜਾ ਕੇ ਖੇਡ ਵਿਖਾਈ ਦੇਸ਼ ਲਈ ਕੁਝ ਕੀਤਾ ਮੈਂ ਉਹਨਾਂ ਨੂੰ ਵਧਾਈ ਵੀ ਦੇਣੀ ਚਾਹੁੰਦਾ ਟੀਵੀ ਪ੍ਰਾਈਮ ਏਸ਼ੀਆ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਸਾਡੇ ਸਮੁੱਚੇ ਦਰਸ਼ਕ ਜਿਹੜੇ ਦੁਨੀਆ ਪਰਚ ਫੈਲੇ ਹੋਏ ਨੇ ਉਹਨਾਂ ਸਾਰਿਆਂ ਵੱਲੋਂ ਵੀ ਵਧਾਈ ਦਿੰਨਾ ਉਹਨਾਂ ਦੇ ਮਾਪੇ ਨੂੰ ਵੀ ਵਧਾਈ ਦਿੰਨਾ ਉਹਨਾਂ ਦੇ ਪਿੰਡ ਨੂੰ ਵੀ ਵਧਾਈ ਦਿੰਨਾ ਤੇ ਆਸ ਰੱਖਦਾ ਕਿ ਅੱਗੇ ਤੋਂ ਕੁਝ ਕਰਨਗੇ ਹੋਰ ਵਧੀਆ ਕਰਨਗੇ ਚੰਗਾ ਕਰਨਗੇ ਪਰ ਮੈਂ ਇਹਦੇ ਤੋਂ ਬਾਅਦ ਅਗਲੇ ਮੁੱਦੇ ਤੇ ਆਉਣਾ ਜਿਹੜਾ ਮੇਰੀ ਸਮਝ ਵਿੱਚ ਬਹੁਤ ਜ਼ਰੂਰੀ ਹੈ ਤੇ ਜਿਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਸੀ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਕਰਨੀ ਉਹ ਇਹ ਆ ਪੰਜਾਬ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਜਨਮ ਦਿਨ ਦੇ ਮੌਕੇ ਪੰਜਾਬ ਵਿੱਚ ਖੇਡ ਮੇਲੇ ਦੀ ਸ਼ੁਰੂਆਤ ਕੀਤੀ ਜਾਵੇਗੀ ਖੇਡ ਮੇਲਾ ਕਰਵਾਇਆ ਜਾਵੇ ਮੇਰੇ ਵਾਸਤੇ ਇਹ ਸੁਲੱਖਣੀ ਖਬਰ ਹੈ ਮੈਂ ਕਹਿੰਨਾ ਤੁਸੀਂ ਕਰਨ ਲੱਗੇ ਹੋ ਤੁਹਾਡੇ ਮੂੰਹ ਚ ਖੰਡ ਮਿਸ਼ਰੀ ਤੁਸੀਂ ਕਰੋ ਪੰਜਾਬ ਦੀ ਜਵਾਨੀ ਨੂੰ ਇਸ ਪਾਸੇ ਲਾਓ ਗਲਤ ਪਾਸੇ ਨਾ ਜਾਵੇਗੀ ਖਿਆਲ ਇਸ ਗੱਲ ਦਾ ਰੱਖਿਓ ਜਦੋਂ ਇਹੋ ਜਿਹਾ ਕੰਮ ਸ਼ੁਰੂ ਹੋਵੇ ਤੇ ਪੰਜਾਬੀ ਦਾ ਮੁਹਾਵਰਾ ਪਿੰਡ ਵੱੱਜਾ ਨਹੀਂ ਉਹ ਚੱਕੇ ਪਹਿਲਾਂ ਆ ਗਏ ਚੋਰ ਚੱਕੇ ਪਿਛਲੀਆਂ ਖਿੱਡਾਂ ਚ ਆ ਜਾਂਦੇ ਰਹੇ ਸ਼ਹੀਦ ਭਗਤ ਸਿੰਘ ਦਾ ਦਿਨ ਮਨਾਇਆ ਸੀ 100 ਸਾਲਾਂ ਬਾਅਦ ਵਿੱਚ ਪਤਾ ਲੱਗਾ ਕਿ ਕਰੋੜਾਂ ਰੁਪਏ ਦੇ ਬਿੱਲ ਪੈ ਗਏ ਕਿ ਉੱਥੋਂ ਬਾਲੀਵੁੱਡ ਤੋਂ ਸਟਾਰ ਸੱਦੇ ਸਨ ਉਹਨਾਂ ਸਟਾਰਸ ਨੂੰ ਚਿੱਠੀਆਂ ਪਾ ਕੇ ਪੁੱਛਿਆ ਗਿਆ ਤੁਹਾਨੂੰ ਇੰਨੇ ਨੇ ਪੈਸੇ ਮਿਲੇ ਸੀ ਤੁਸੀਂ ਇੱਥੇ ਆ ਕੇ ਕੀ ਪਰਫਾਰਮ ਕੀਤਾ ਸੀ ਕਹਿੰਦੇ ਸਾਨੂੰ ਤੇ ਪਤਾ ਹੀ ਨਹੀਂ ਕੋਈ ਪ੍ਰੋਗਰਾਮ ਵੀ ਹੋਇਆ ਸੀ ਉਹਨਾਂ ਦੇ ਨਾਂ ਤੇ ਝਾਲੀ ਬਿੱਲ ਪਾ ਕੇ ਇੱਥੇ ਕਰੋੜਾਂ ਦੇ ਕਪੜੇ ਹੋ ਗਏ ਸਨ ਕਿਹੜੀ ਸਰਕਾਰ ਨੇ ਕੀਤੀ ਕਿਹੜਾ ਮੰਤਰੀ ਸੀ ਕਿਹੜੇ ਅਫਸਰ ਸੀ ਕੌਣ-ਕੌਣ ਮੁੜ ਕੇ ਫਸਿਆ ਕੌਣ ਜੇਲ੍ਹ ਦੀ ਦਾੜ ਪੀ ਕੇ ਮੁੜਿਆ ਮੈਂ ਉਹਦੇ ਮਾਮਲੇ 'ਚ ਜਿਆਦਾ ਟਮ ਸਮਾਂ ਫਿਰ ਨਹੀਂ ਲਾਉਣਾ ਚਾਹੁੰਦਾ। ਉਹਦੀ ਥਾਂ ਤੇ ਜਿਹੜੀ ਗੱਲਬਤ ਤੇ ਮੈਂ ਆਉਣਾ ਚਾਹੁੰਦਾ ਉਹ ਇਹ ਹੈ ਕਿ ਤੁਸੀਂ ਸਰਕਾਰ ਜੀ ਕਰਨ ਲੱਗੇ ਆਂ ਕਰੋ ਤੁਸੀਂ ਜਮ ਜਮ ਕਰੋ। ਖਿਆਲ ਰੱਖਿਓ ਸਾਡੇ ਪੰਜਾਬ ਦੇ ਵਿੱਚ ਅਣਗੋਲੇ ਮੋਤੀ ਬਹੁਤ ਨੇ। ਖੇਡਾਂ ਦਾ ਨਾਂ ਤੁਸੀਂ ਧਿਆਨ ਚੰਦ ਜੀ ਦੇ ਨਾਂ ਤੇ ਰੱਖਿਆ ਤੇ ਕੋਈ ਇਤਰਾਜ਼ ਸਾਨੂੰ ਨਹੀਂ ਵਧੀਆ ਉਹਨਾਂ ਦਾ ਦੁਨੀਆ 'ਚ ਨਾਂ ਹੈ ਪਰ ਦੁਨੀਆ 'ਚ ਨਾਂ ਸਾਡੇ ਮਿਲਖਾ ਸਿੰਘ ਦਾ ਵੀ ਹੈ ਤੇ ਇਕੱਲੇ ਮਿਲਖਾ ਸਿੰਘ ਦਾ ਨਹੀਂ ਮੈਂ ਜੇ ਗਿਣਨੇ ਸ਼ੁਰੂ ਕਰਾਂ ਤੇ ਮੈਂ ਗਿੰਦਾ ਗਿੰਦਾ ਥੱਕ ਜਾਊਂਗਾ ਤੁਸੀਂ ਸੁਣਦੇ ਥੱਕ ਜਾਓਗੇ ਉਹਨਾਂ 'ਚ ਕਈ ਇਹੋ ਜਿਹੇ ਹੀਰੇ ਆ ਜਿਨ੍ਹਾਂ ਦਾ ਤੁਹਾਨੂੰ ਚਿਤ ਚਿੱਤਾ ਨਹੀਂ ਹੋਣਾ ਕੀ ਕਿਸੇ ਨੂੰ ਇਹ ਚਿਤਤਾ ਕਿ ਅਰਜਨ ਅਵਾਰਡ ਜਿਹੜਾ ਖਿਡਾਰੀਆਂ ਨੂੰ ਦਿੱਤਾ ਜਾਂਦਾ 1968 ਵਿੱਚ ਸ਼ੁਰੂ ਹੋਇਆ ਸੀ ਤੇ ਜਿਹੜੇ ਖਿਡਾਰੀਆਂ ਨੂੰ ਸਭ ਤੋਂ ਪਹਿਲਾਂ ਇਹ ਅਵਾਰਡ ਮਿਲਿਆ ਪਹਿਲੀ ਲਿਸਟ ਵਿੱਚ ਸਾਡੇ ਪੰਜਾਬ ਦਾ ਪਹਿਲਾ ਖਿਡਾਰੀ ਗੁਰਬਚਨ ਸਿੰਘ ਰੰਦਾਵਾ ਸੀ ਸਾਡੀ ਖੁਸ਼ਕਿਸਮਤੀ ਹੈ ਕਿ ਰੰਦਾਵਾ ਸਾਹਿਬ ਅਜੇ ਸਾਡੇ ਵਿੱਚ ਨੇ ਉਹ ਦਿੱਲੀ ਵਿੱਚ ਹੁੰਦੇ ਨੇ ਬੜੇ ਸਤਿਕਾਰਤ ਨੇ ਬਹੁਤਾ ਆਪਣੇ ਆਪ ਨੂੰ ਉਭਾਰ ਕੇ ਪੇਛ ਨਹੀਂ ਕਰਦੇ ਕਦੇ ਮੈਂ 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 ਨਹੀਂ ਕਰਨਾ ਸਿੱਖਿਆ ਇੱਜ਼ਤ ਨਾਲ ਜਿਉਣਾ ਜਾਣਦੇ ਨੇ ਅਣਖ ਨਾਲ ਸਿਰ ਉੱਚਾ ਕਰਕੇ ਜਿਉਣਾ ਜਾਣਦੇ ਨੇ ਮੈਂ ਇਹ ਵੀ ਬੇਨਤੀ ਕਰਾਂ ਕਿ ਸਾਡੇ ਪੈਨਲਟੀ ਕਾਰਨਰ ਸਪੈਸ਼ਲਿਸਟ ਹੁੰਦੇ ਸਨ ਪ੍ਰਿਥੀਪਾਲ ਸਿੰਘ ਉਹਨਾਂ ਦੇ ਨਾਂ ਦੇ ਉੱਤੇ ਅਸੀਂ ਪ੍ਰਿਥੀਪਾਲ ਸਿੰਘ ਦੇ ਨਾਂ ਦੇ ਉੱਤੇ ਇੱਕ ਅਵਾਰਡ ਇਹਨਾਂ ਖੇਡਾਂ 'ਚ ਕਿਉਂ ਨਾ ਰੱਖੀਏ ਸਾਡੇ ਕੋਲ ਹਾਕੀ 'ਚ ਬਲਬੀਰ ਸਿੰਘ ਹੁੰਦੇ ਸਨ ਬਲਬੀਰ ਸਿੰਘ ਸੀਨੀਅਰ ਬਲਬੀਰ ਸਿੰਘ ਜੂਨੀਅਰ ਇੱਕ ਵਕਤ ਇਹੋ ਜਿਹਾ ਸੀ ਕਿ ਸਾਡੀ ਹਾਕੀ ਟੀਮ ਦੇ ਵਿੱਚ ਤਿੰਨ ਚਾਰ ਬਲਬੀਰ ਖੇਡਦੇ ਸੀ ਔਰ ਉਦੋਂ ਕਮੈਂਟਰੀ ਜਿਹੜੀ ਹੁੰਦੀ ਸੀ ਉਹਨੂੰ ਲੈ ਕੇ ਲੋਕੀ ਇਸ ਤਰ੍ਹਾਂ ਕਹਿੰਦੇ ਨੇ ਸਾਂ ਬਲਬੀਰ ਨੇ ਪਾਸ ਦਿੱਤਾ ਬਲਬੀਰ ਨੇ ਅੱਗੋਂ ਪਾਸ ਲੈ ਕੇ ਠੁੱਕਿਆ ਉਹਨੇ ਦੂਸਰੇ ਪਾਸ ਬਲਬੀਰ ਨੂੰ ਤਾਂ ਬਲਬੀਰ ਨੇ ਬਲਬੀਰ ਨੂੰ ਤਾਂ ਅੱਗੋਂ ਬਲਬੀਰ ਨੇ ਫੜਿਆ ਉਹਨੇ ਬਲਬੀਰ ਵੱਲ ਛੁੱਟਿਆ ਬਲਬੀਰ ਨੇ ਫੜਿਆ ਘੁਮਾ ਕੇ ਗੇਂਦ ਛੁੱਟੀ ਬਲਬੀਰ ਨੇ ਫੜੀ ਤੇ ਬਲਬੀਰ ਦੇ ਵੱਲ ਭੇਜੀ ਉਹਨੇ ਮਾਰ ਕੇ ਉਹ ਬਲਬੀਰ ਨੇ ਗੋਲ ਕਰਤਾ ਕਿਹੜੇ ਬਲਬੀਰ ਨੇ ਕੀਤਾ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਕਿਉਂਕਿ ਇੰਨੇ ਸਾਰੇ ਬਲਬੀਰ ਸੀ ਇਹ ਜਿਹੜੇ ਬਲਬੀਰ ਨੇ ਉਹਨਾਂ ਸਾਰਿਆਂ ਨੂੰ ਯਾਦ ਕਰੋ ਸਾਡੇ ਫਰੀਦਕੋਟ ਦੀ ਰੂਪਾ ਸੈਣੀ ਉਹ ਸੈਣੀ ਸਿਸਟਰ ਦੇ ਨਾਂ ਤੇ ਮਸ਼ਹੂਰ ਸਨ ਚਾਰ ਭੈਣਾਂ ਹੱਕ ਕਰਦੇ ਸਨ ਇੱਕ ਵਾਰੀ ਤਿੰਨੇ ਭੈਣਾਂ ਇਕੱਠੀਆਂ ਖੇਡੀਆਂ ਸੰਦੇਸ਼ ਲਈ ਰੂਪਾ ਸੈਣੀ ਉਹਨੂੰ ਅਰਜਨ ਅਵਾਰਡ ਮਿਲਿਆ ਸੀ ਅੱਜ ਰੂਪਾ ਸੈਣੀ ਦੇ ਨਾਂ ਦੇ ਉੱਤੇ ਅਸੀਂ ਅਵਾਰਡ ਕਿ ਸਾਡੀ ਨਵੀਂ ਪੀੜ੍ਹੀ ਨੂੰ ਕੌਣ ਦੱਸੇਗਾ ਕਿ ਸਾਡਾ ਗੁਰਬਚਨ ਸਿੰਘ ਰੰਧਾਵਾ ਵੀ ਆ ਸਾਡੀ ਰੂਪਾ ਸੈਣੀ ਵੀ ਆ ਸਾਡਾ ਪ੍ਰਿਥੀਪਾਲ ਸਿੰਘ ਵੀ ਆ ਸਾਡਾ ਬਲਬੀਰ 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 ਕਿੰਨੇ ਸਾਰੇ ਬਲਬੀਰ ਵੀ ਨੇ ਅਸੀਂ ਇੰਨੇ ਬਲਬੀਰ ਜਿਹੜੇ ਆ ਇਹਨਾਂ ਸਾਰਿਆਂ ਦਾ ਚੇਤਾ ਨਵੀਂ ਪੀੜ੍ਹੀ ਨੂੰ ਜੇ ਨਾ ਕਰਾਇਆ ਇਹ ਖੇਡਾਂ ਨਰਾਰਥਕ ਹੋ ਜਾਣਗੀਆਂ ਮੈਂ ਆਪਣੀ ਸਰਕਾਰ ਨੂੰ ਕਹਾਂਗਾ ਤੁਸੀਂ ਨੇਕ ਕੰਮ ਕਰਨ ਲੱਗੇ ਹੋ ਬਹੁਤ ਵਧੀਆ ਸ਼ੁਰੂਆਤ ਹੈ ਤੁਹਾਡੇ ਮੂੰਹ 'ਚ ਖੰਡ ਮਿਸ਼ਰੀ ਪਰ ਕੰਮ ਕਰਿਓ ਨੇਕੀ ਨਾਲ ਚੋਰ ਚੱਕਿਆਂ ਤੋਂ ਬਚ ਕੇ ਰਹੋ ਉਹ ਵੱਧੋ-ਵੱਧ ਤੁਹਾਡੇ ਵਿੱਚ ਵੜਨਗੇ ਕਿਉਂਕਿ ਉਹਨਾਂ ਨੂੰ ਪਤਾ ਜਿੱਥੇ ਉਹ ਜਾ ਕੰਮ ਚੱਲਦਾ ਹੋਵੇ ਉਹਦੇ ਵਿੱਚੋਂ ਕਿੰਨਾ ਕਿਤੇ ਦਾ ਲਾਇਆ ਜਾ ਸਕਦਾ ਆ ਜਿਹੜੇ ਸਾਡੇ ਕੋਲ ਅਣਗੌਲੇ ਹੀ ਰਿਹਾ ਉਹਨਾਂ ਸਾਰਿਆਂ ਨੂੰ ਉਬਾਰ ਕੇ ਪੇਸ਼ ਕਰਿਓ ਪੰਜਾਬ ਦੇ ਲੋਕ ਤੁਹਾਡਾ ਜਸ ਗਾਉਣਗੇ ਇੱਕ ਵਾਰੀ ਫੇਰ ਇੰਨੀਆਂ ਗੱਲਾਂ ਨਾਲ ਕੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਤੱਕ ਤੇ ਖੇਡ ਅਧਿਕਾਰੀਆਂ ਤੱਕ ਸਾਡੀ ਗੱਲ ਪਹੁੰਚੇਗੀ ਇੰਨੇ ਨਾਲ ਆਪਣੀ ਗੱਲ ਸਮਾਪਤ ਕਰਦਾ ਦੇਖਦੇ ਰਹੋ ਟੀਵੀ ਪ੍ਰਾਈਮ ਏਸ਼ੀਆ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ